ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਮੋਮੋਸ ਵਾਲੀ ਚਟਨੀ ਬਣਾਵਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਪਾਣੀ ਵਿੱਚ ਪਾਵਾਂਗੇ, ਗਰਮ ਪਾਣੀ ਰੱਖਾਂਗੇ। ਉਹਦੇ ਵਿੱਚ ਪਾਵਾਂਗੇ 4 ਟਮਾਟਰ, 4 ਹਰੀ ਲਾਲ ਮਿਰਚਾਂ ਜੋ ਕਿ ਹਰੀਆਂ ਸੀ, ਇਹਨਾਂ ਨੂੰ ਧੁੱਪੇ ਰੱਖ ਕੇ ਸੁਕਾ ਲਿਆ ਸੀ, ਲਾਲ ਹੋ ਗਈਆਂ ਸੀ ਉਹ। ਅਤੇ ਲਸਣ ਪਾਇਆ ਇਹਦੇ ਵਿੱਚ 3-4 ਗੱਠੀਆਂ, ਅਤੇ ਅਦਰਕ ਇਹਨਾਂ ਨੂੰ ਅਸੀਂ ਉਬਾਲ ਲਿਆ ਚੰਗੀ ਤਰ੍ਹਾਂ, ਸਿਰਫ 5 ਮਿੰਟ ਉਬਾਲਣਾ। ਉਸ ਤੋਂ ਬਸ ਇਹਨਾਂ ਦੇ ਛਿਲਕੇ ਉਤਾਰਾਂਗੇ, ਟਮਾਟਰਾਂ ਦੇ, ਲਸਣ ਦਾ, ਅਦਰਕ ਦਾ ਛਿਲਕੇ ਉਤਾਰਾਂਗੇ, ਔਰ ਜਿਹੜੀ ਮਿਰਚਾਂ ਨੇ ਉਹਨਾਂ ਦੀ ਡੰਡੀਆਂ ਤੋੜ ਦਾਂਗੇ। ਅਤੇ ਫਿਰ ਇਹਨਾਂ ਸਾਰਿਆਂ ਨੂੰ ਮਿਕਸੀ ਵਿੱਚ ਅਸੀਂ ਬਰੀਕ ਕਰਕੇ ਚਟਨੀ ਬਣਾ ਲਾਂਗੇ। ਦੇਖੋ ਸਾਡੀ ਚਟਨੀ ਇਸ ਤਰ੍ਹਾਂ ਦੀ ਬਣੀ ਆ। ਹੁਣ ਅਸੀਂ ਇਹਨੂੰ ਚਟਨੀ ਨੂੰ ਫਰਾਈ ਕਰਾਂਗੇ। ਥੋੜ੍ਹਾ ਜਿਹਾ ਜੀਰਾ ਪਾਵਾਂਗੇ, ਰਿਫਾਇੰਡ ਆਇਲ ਵੀ, ਥੋੜ੍ਹੀ ਜਿਹੀ ਹਲਦੀ, ਥੋੜ੍ਹਾ ਜਿਹਾ ਲੂਣ, ਅਤੇ ਥੋੜ੍ਹਾ ਜਿਹਾ ਗਰਮ ਮਸਾਲਾ ਪਾ ਰਹੀ ਹਾਂ, ਥੋੜ੍ਹਾ ਜਿਹਾ ਧਨੀਆ ਪਾਊਡਰ ਪਾਇਆ। ਤੁਸੀਂ ਚਾਹੋ ਤਾਂ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ, ਇਹਦੇ ਨਾਲ ਕਲਰ ਹੋਰ ਵੀ ਵਧੀਆ ਹੋ ਜਾਏਗਾ ਚਟਨੀ ਦਾ। ਅਤੇ ਮੈਂ ਇਸ ਲਈ ਨਹੀਂ ਪਾ ਰਹੀ ਕਿਉਂਕਿ ਚਟਨੀ ਹੋਰ ਤੇਜ਼ ਨਾ ਹੋ ਜਾਏ। ਪਹਿਲਾਂ ਹੀ ਲਾਲ ਮਿਰਚਾਂ ਪਾਈਆਂ, ਬਹੁਤ ਤੇਜ਼ ਬਣੀ ਹੈ। ਅਤੇ ਦੇਖੋ ਹੁਣ ਮੈਂ ਢੱਕ ਕੇ ਪਕਾਇਆ ਸੀ, ਹੋਰ ਅੱਛਾ ਕਲਰ ਆ ਗਿਆ ਇਹਦੇ 'ਤੇ। ਅਤੇ ਇਸ ਤਰ੍ਹਾਂ ਬਣਦੀ ਹੈ ਲਾਲ ਚਟਨੀ ਮੋਮੋਜ ਵਾਲੀ। ਤੁਸੀਂ ਇਹਨੂੰ ਮੋਮੋਜ ਨਾਲ ਖਾਓ, ਬਣਾ ਕੇ ਬਹੁਤ ਟੇਸਟੀ ਲੱਗਦੀ ਹੈ। ਅਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ।